रेडी हो गया ढिड टुट प्रेशर बना टीम जी तैयार हो रही है ढिड बना लगे गैट है मैं मंत्री का रोल करना इन्हें भी मंत्री का रोल कर दिल्ली वाला मंत्री बढ़ूगा मैं किशोरी लाल इस सरपंच सिंह ਇਹ ਬਣੂਗਾ ਮਿੱਤਰੋ ਵਾਈ ਔਰ ਬੈਨੋ ਪਹਿਲਾਂ ਤਾਂ ਇਸ ਗੱਲ ਦੀ ਮਾਫੀ ਚਾਹੁੰਦੇ ਆ ਕਿ ਦੋ ਤਿੰਨ ਦਿਨ ਦੀ ਗੈਰ ਹਾਜ਼ਰੀ ਲੱਗੀ ਸ਼ੁਰੂ ਦੇ ਵਿੱਚ ਤਾਂ ਤੁਹਾਡੇ ਨਾਲ ਪੂਰੀ ਤਰ੍ਹਾਂ ਰੇੜੀ ਇੱਧਰ ਸਾਡਾ ਭਗਤ ਸਿੰਘ ਇਹ ਵੀ ਜੱਚਿਆ ਫਿਰਦਾ ਐਨ ਵਧੀਆ ਲੱਗਦਾ ਪਰ ਸਾਡੀ ਸਪੋਰਟ ਉੱਥੇ ਵੀ ਸਰਦਾਰ ਗੁਰਸ਼ਰਨ ਸਿੰਘ ਭਾਈ ਮੰਨਾ ਸਿੰਘ ਹੋਰਾਂ ਦਾ ਲਿਖਿਆ ਹੋਇਆ ਨਾਟਕ ਹੈ ਸੁਖੌਤੀ ਜਿਹੜੇ ਸਾਡੇ ਲੀਡਰ ਨੇ ਜਿਹੜੇ ਜਿਹਨਾਂ ਨੂੰ ਸਿਰਫ ਤੇ ਸਿਰਫ ਵੋਟਾਂ ਤੱਕ ਮਤਲਬ ਹੈ ਜਿਹਨਾਂ ਨੂੰ ਅਸੀਂ ਬੰਦੇ ਨਜ਼ਰ ਨਹੀਂ ਆਉਂਦੇ ਉਹਨਾਂ ਨੂੰ ਇਹਨਾਂ ਬੰਦਿਆਂ ਦੇ ਵਿੱਚ ਵੋਟਾਂ ਨਜ਼ਰ ਆਉਂਦੀਆਂ ਨੇ ਉਹਨਾਂ ਲੀਡਰਾਂ ਦੇ ਭਾਵੇਂ ਕਿਸੇ ਵੀ ਪਾਰਟੀ ਦੇ ਲੀਡਰ ਹੋਣ ਉਹਨਾਂ ਦੇ ਪਾਸ ਖੇਡਦਾ ਇਹ ਨਾਟਕ ਹੈ ਸੋ ਪ੍ਰੈਸ ਮੀਡੀਆ ਦੇ ਸਾਡੇ ਬੇਹੱਦ ਸਤਿਕਾਰਯੋਗ ਸਾਥੀ ਮੇਰਾ ਭਰਾ ਬੁੱਤ ਜਾਗ ਪਿਆ ਜਾਂ ਬੁੱਤ ਬੋਲ ਪਿਆ ਸਰਦਾਰ ਗੁਰਸ਼ਰਨ ਸਿੰਘ ਭਾਈ ਮੰਨਾ ਸਿੰਘ ਹੋਰਾਂ ਦਾ ਲਿਖਿਆ ਹੋਇਆ ਨਾਟਕ ਹੈ ਸੁਖੌਤੀ ਜਿਹੜੇ ਸਾਡੇ ਲੀਡਰ ਨੇ ਜਿਹੜੇ ਜਿਹਨਾਂ ਨੂੰ ਸਿਰਫ ਤੇ ਸਿਰਫ ਵੋਟਾਂ ਤੱਕ ਮਤਲਬ ਹੈ ਜਿਹਨਾਂ ਨੂੰ ਅਸੀਂ ਬੰਦੇ ਨਜ਼ਰ ਨਹੀਂ ਆਉਂਦੇ ਉਹਨਾਂ ਨੂੰ ਇਹਨਾਂ ਬੰਦਿਆਂ ਦੇ ਵਿੱਚ ਵੋਟਾਂ ਨਜ਼ਰ ਆਉਂਦੀਆਂ ਨੇ ਉਹਨਾਂ ਲੀਡਰਾਂ ਦੇ ਭਾਵੇਂ ਕਿਸੇ ਵੀ ਪਾਰਟੀ ਦੇ ਲੀਡਰ ਹੋਣ ਉਹਨਾਂ ਦੇ ਪਾਸ ਖੇਡਦਾ ਇਹ ਨਾਟਕ ਹੈ ਸੋ ਪ੍ਰੈਸ ਮੀਡੀਆ ਦੇ ਸਾਡੇ ਬੇਹੱਦ ਸਤਿਕਾਰਯੋਗ ਸਾਥੀ ਮੇਰਾ ਭਰਾ ਟੋਲ ਪਲਾਜ਼ੇ ਤੇ ਨਾਟਕ ਕਰਤਾ ਹੁਣ ਅਸੀਂ ਪਹੁੰਚੇ ਹਾਂ ਆਪਣਾ ਰੇਲਵੇ ਸਟੇਸ਼ਨ ਸਮਰਾਲਾ ਹੁਣ ਇੱਥੇ ਨਾਟਕ ਕਰਾਂਗੇ ਉਸ ਤੋਂ ਬਾਅਦ ਅਸੀਂ ਘਰ ਨੂੰ ਸਰਕਾਰ।
या फिर कह लो कि भगत सिंह बोल पिया उस नाटक में जड़ा है। हम पिछले दिनों साड़ी टीम खेड रही है पंजाब के वक् वक् हिस्सों के जाके जिथे जिथे सानू ठीक लगता है जितों जितों सदा आता पर क्योंकि टीम मेरी अपनी है समराले की टीम है इसलिए इतने जोड़ा है मैं ऐ नहीं लगता होंगे कि मैं सदे की लड़ है। मैं टीम को कह रखा कि जो भी आप फ्री होइए आप टाइम क्ढ़ीए सो अच जो है पहले हूँ असं टोल प्लाजे से जाके आए हैं तो हूँ असी थी जोड़ा है सेवा दे हाजिर है। सो व्यंग नाटक है भगत सिंह जाग पिया सरदार गुरशरण सिंह होरां दा लिखिया अक्सरंग मन समराल की टीम उस नाटक को जोड़ा है तो रूबरू कर जा चंगी लगे लाइक कमेंट शेयर जरूर। थैंक यू।